ਦੋ ਕਾਰਾਂ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਐਮਐਲਏ ਦਾ ਸਾਰਾ ਪਰਿਵਾਰ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਖਤਮ ਹੋ ਗਿਆ। ਮਰਨ ਵਾਲਿਆਂ ਦੇ ਵਿੱਚ ਐਮਐਲਏ ਦੇ ਪੁੱਤਰ ਤੇ ਰਿਸ਼ਤੇਦਾਰ ਸ਼ਾਮਲ ਸੀ ਜਿਨ੍ਹਾਂ ਨੇ ਦਮ ਤੋੜ ਦਿੱਤਾ ਔਰ ਦੋਵੇਂ ਕਾਰਾਂ ਬੁਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਗਈਆਂ ਤਾਂ ਇੱਕੋ ਝਟਕੇ ਦੇ ਵਿੱਚ 6 ਲੋਕਾਂ ਦੀ ਜਾਨ ਨਿਕਲ ਗਈ। ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਸੜਕੀ ਹਾਦਸਾ ਸੀ। ਆਮੋ ਸਾਹਮਣੇ ਭਿਆਨਕ ਟੱਕਰ ਹੋਈ ਔਰ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ। ਇੱਕ ਕਾਰ ਦੇ ਵਿੱਚ ਐਮਐਲਏ ਦਾ ਸਾਰਾ ਪਰਿਵਾਰ ਸਵਾਰ ਸੀ ਜਿਨ੍ਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। 6 ਦੀ ਮੌਕੇ 'ਤੇ ਮੌਤ ਹੋਈ, 3 ਜ਼ਖਮੀ ਹੋਏ ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਮਹਾਰਾਸ਼ਟਰ ਦੇ ਬਾਲਾਪੁਰ ਰੋਡ 'ਤੇ ਹੋਇਆ ਔਰ ਮਹਾਰਾਸ਼ਟਰ ਦੇ ਐਮਐਲਏ ਕਿਰਨ ਸਰਨਾਇਕ ਦਾ ਸਾਰਾ ਪਰਿਵਾਰ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਖਤਮ ਹੋ ਗਿਆ। ਕਾਰ ਦੇ ਵਿੱਚ ਕਿਰਨ ਸਰਨਾਇਕ ਦੇ ਭਾਈ, ਭਤੀਜੇ, ਬੇਟੀ ਤੇ ਪੋਤੀ ਸਵਾਰ ਸੀ ਤਾਂ ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਜਿਨ੍ਹਾਂ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ, ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ। ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਹੌਸਪੀਟਲ ਦੇ ਵਿੱਚ ਭੇਜ ਦਿੱਤਾ ਔਰ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੋ ਦੋ ਕਾਰਾਂ ਦਾ ਭਿਆਨਕ ਸੜਕੀ ਹਾਦਸਾ ਹੋਇਆ। ਐਮਐਲਏ ਦਾ ਸਾਰਾ ਪਰਿਵਾਰ ਇਸ ਕਾਰ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੀ ਦਰਦਨਾਕ ਮੌਤ ਹੋ ਗਈ। 3 ਜ਼ਖਮੀ ਹੋਏ ਨੇ ਜੋ ਜ਼ੇਰੇ ਇਲਾਜ ਨੇ ਔਰ ਸੜਕੀ ਹਾਦਸੇ ਮੌਕੇ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ।